ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਖਬਰਾਂ, ਸੁਰਖੀਆਂ, ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ, ਪੰਥਕ ਮੁੱਦੇ, ਇਹਨਾਂ ਸਾਰਿਆਂ ਦੇ ਉੱਤੇ ਸੰਖੇਪ ਪਰ ਡੂੰਘੀ ਜਾਣਕਾਰੀ ਲਈ ਅਸੀਂ ਆਪ ਨਾਲ ਵਿਚਾਰ ਸਾਂਝੇ ਕਰਦੇ ਹਾਂ ਔਰ ਇਹ ਮੁੱਦਾ ਉਹਨਾਂ ਚੀਜ਼ਾਂ ਨੂੰ ਉਹਨਾਂ ਮਸਲਿਆਂ ਨਾਲ ਆਪ ਨੂੰ ਜਾਣਕਾਰੀ ਦਿੰਦਾ ਹੈ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਮੁੱਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਜੋ ਹਰਿਮੰਦਰ ਸਾਹਿਬ ਦੇ ਵਿੱਚ ਸਾਕਾ ਨੀਲਾ ਤਾਰਾ ਦੀ ਜੋ ਘਟਨਾ ਵਾਪਰੀ, ਜੋ ਦੁਖਾਂਤ, ਜੋ ਘੱਲੂਘਾਰਾ ਵਾਪਰਿਆ, ਉਸ ਦੀ ਯਾਦਗਾਰ ਬਣਨੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ, ਉਹਦੇ ਲਈ ਕੁਛ ਜਥੇਬੰਦੀਆਂ ਨੇ ਮਿਲ ਕੇ ਇੱਕ ਅਲਟੀਮੇਟਮ ਦਿੱਤਾ ਹੈ ਕਿ 6 ਤਾਰੀਖ ਨੂੰ ਜਿਹੜਾ ਇਹ ਘੱਲੂਘਾਰਾ ਦਿਵਸ ਹੈ ਉਸ ਦਿਨ ਇਸ ਦਾ ਨੀਂਹ ਪੱਥਰ ਰੱਖ ਦਿੱਤਾ ਜਾਏ, ਨਹੀਂ ਤਾਂ ਅਸੀਂ ਆਪ ਉਸ ਦਾ ਨੀਂਹ ਪੱਥਰ ਰੱਖਾਂਗੇ। ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਇਸ ਦੇ ਦੋ ਪੱਖ ਹਨ। ਪਹਿਲਾ ਤਾਂ ਇਸ ਦਾ ਪ੍ਰਬੰਧਕੀ ਪੱਖ ਹੈ ਕਿ ਕੀ ਇਸ ਤਰੀਕੇ ਦੇ ਨਾਲ ਖੁਦ ਆਪ ਜਾ ਕੇ ਕੋਈ ਕਾਰਵਾਈ ਇਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ। ਪਹਿਲਾ ਇਸ ਦਾ ਪੱਖ, ਗੰਭੀਰ ਪੱਖ ਇਹ ਹੈ। ਅਤੇ ਦੂਸਰਾ ਇਸ ਦਾ ਜੋ ਪੱਖ ਹੈ ਕਿ ਬਲਿਊ ਸਟਾਰ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਉਸ ਦਾ ਕੋਈ ਮੈਮੋਰੀਅਲ ਉਸਾਰਿਆ ਜਾਣਾ ਚਾਹੀਦਾ ਅਤੇ ਕਿਹੋ ਜਿਹਾ ਹੋਣਾ ਚਾਹੀਦਾ, ਕੀ ਹੋਣਾ ਚਾਹੀਦਾ। ਜੇਕਰ ਅਸੀਂ ਆਪਣੇ ਇਸ ਇਤਿਹਾਸ ਨੂੰ ਅਗਰ ਇਸ ਆਪਣੇ ਪਿਛੋਕੜ ਦੇ ਉੱਤੇ ਅਗਰ ਚਾਤ ਮਾਰੀਏ ਤਾਂ ਬਹੁਤ ਹੀ ਸਾਡੀ ਹਾਲਤ ਤਰਸਯੋਗ ਹੈ। ਇਹ ਕਹਿਣ ਵਿੱਚ ਕੋਈ ਇਤਰਾਜ਼ ਨਹੀਂ ਕਿ ਸਾਡੀ ਮਾਨਸਿਕਤਾ, ਸਾਡੀ ਸੋਚ ਇਸ ਪੱਖੋਂ ਆਪਣੇ ਵਿਰਸੇ ਪ੍ਰਤੀ, ਆਪਣੀ ਵਿਰਾਸਤ ਪ੍ਰਤੀ, ਆਪਣੇ ਇਤਿਹਾਸ ਪ੍ਰਤੀ ਜੇਕਰ ਇਜਾਜ਼ਤ ਦਿਓ, ਇਹ ਕਹਿਣ ਵਿੱਚ ਕੋਈ ਇਤਰਾਜ਼ ਨਹੀਂ, ਇੱਕ ਬਿਮਾਰ ਮਾਨਸਿਕਤਾ ਔਰ ਬਿਮਾਰ ਸੋਚ ਹੈ। ਜਿਹੜੀ ਸਾਕਾ ਨੀਲਾ ਤਾਰਾ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ, ਉਸ ਦੀਆਂ ਉਹ ਸਾਰੀਆਂ ਨਿਸ਼ਾਨੀਆਂ ਮੌਜੂਦ ਸਨ, ਸਾਰਾ ਕੁਛ ਮੌਜੂਦ ਸੀ। ਅਸੀਂ ਆਪਣੇ ਹੱਥੀਂ ਹਥੌੜਿਆਂ ਨਾਲ, ਕਈਆਂ ਨਾਲ ਉਹ ਸਾਰਾ ਕੁਛ ਬਰਬਾਦ ਕਰ ਦਿੱਤਾ। ਦਿੱਲੀ ਤੋਂ ਸਰਦਾਰ ਹਰਚਰਨ ਸਿੰਘ ਕੋਲੇ ਵਾਲੇ ਔਰ ਜਥੇਦਾਰ ਇੰਦਰਪਾਲ ਸਿੰਘ, ਉਹਨਾਂ ਨੂੰ ਭੇਜਿਆ ਗਿਆ। ਸੁੰਦਰੀਕਰਨ ਦੇ ਨਾਂ ਦੇ ਉੱਤੇ ਵਾਈਟ ਵਾਸ਼ ਕੀਤਾ ਗਿਆ, ਮਾਰਬਲ ਨਵਾਂ ਲਾਇਆ ਗਿਆ, ਸੁੰਦਰੀਕਰਨ ਕਰ ਦਿੱਤਾ ਗਿਆ, ਉਹ ਸਾਰਾ ਬਹੁਤ ਸੋਹਣਾ ਬਣਾ ਦਿੱਤਾ ਗਿਆ। ਜਿਹੜੀ ਯਾਦਗਾਰ ਸੀ ਉਸ ਨੂੰ ਪੂਰੇ ਦਾ ਪੂਰਾ ਮਿਟਾ ਦਿੱਤਾ ਗਿਆ। ਹੁਣ ਅਸੀਂ ਦੁਬਾਰਾ ਗੱਲ ਕਰ ਰਹੇ ਹਾਂ ਉਸ ਦੀ ਯਾਦਗਾਰ ਬਣਾਉਣ ਦੀ। ਕੀ ਉਸ ਦੇ ਬਾਰੇ ਉਹ ਯਾਦਗਾਰ ਕੈਸੀ ਹੈ, ਕੀ ਯਾਦਗਾਰ ਬਣਾਈ ਗਈ ਹੈ, ਔਰ ਇਸ ਦੇ ਇਲਾਵਾ ਅਸੀਂ ਆਪ ਨੂੰ ਦੱਸਾਂਗੇ ਕਿ ਜਿਹੜੀਆਂ ਦੋ ਮੈਮੋਰੀਅਲ ਹਰਿਮੰਦਰ ਸਾਹਿਬ ਦੇ ਵਿੱਚ ਉਸਾਰੇ ਗਏ ਹਨ, ਜੋ ਹੋਰ ਗੁਰੂ ਅਰਜਨ ਦੇਵ ਜੀ ਦੇ ਨਾਲ ਜਿਹੜੇ ਮੈਮੋਰੀਅਲ ਹਨ, ਉਹ ਸਾਡੀ ਉਸ ਸੋਚ ਦਾ ਕਿਵੇਂ ਪ੍ਰਗਟਾਵਾ ਕਰਦੇ ਹਨ, ਉਹ ਅਸੀਂ ਆਪ ਨਾਲ ਜ਼ਰੂਰ ਵਿਚਾਰ ਸਾਂਝੇ ਕਰਾਂਗੇ। ਪਰ ਸਾਨੂੰ ਪ੍ਰਸੰਨਤਾ ਹੈ ਕਿ ਜ਼ਮੀਨੀ ਹਕੀਕਤ ਦੇ ਨਾਲ ਸਾਨੂੰ ਜਾਣੂ ਕਰਾਉਣ ਲਈ ਸਾਡੇ ਨਾਲ ਪੰਜਾਬੀ ਟ੍ਰਿਬਿਊਨ ਅੰਮ੍ਰਿਤਸਰ ਦੇ ਸੀਨੀਅਰ ਜਰਨਲਿਸਟ ਸਰ ਜਗਤਾਰ ਸਿੰਘ ਜੀ ਲਾਂਬਾ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਹਨ। ਲਾਂਬਾ ਸਾਹਿਬ, ਜਸ ਪੰਜਾਬੀ ਦੇ ਦਰਸ਼ਕਾਂ ਦੇ ਨਾਲ ਸ਼ਾਮਿਲ ਹੋਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਔਰ ਆਪ ਦਾ ਨਿੱਘਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ। ਆਪ ਦੱਸੋਗੇ ਕਿ ਇਹ ਮਸਲਾ ਹੈ ਕਿ ਇਹ ਹਰ ਵਾਰੀ ਜਿਵੇਂ ਇੱਕ ਜਿਵੇਂ ਸਾਲਾਨਾ ਇੱਕ ਰਸਮ ਹੈ ਕਿ ਜਦੋਂ ਵੀ ਉਹ ਇੱਕ ਸ਼ਹੀਦਾਂ ਨੂੰ ਯਾਦ ਕਰਨ ਦੀ, ਉਸ ਦਿਨ ਨੂੰ ਯਾਦ ਕਰਨ ਦੀ, ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਦੀ, ਔਰ ਇਸ ਤਰੀਕੇ ਦੇ ਨਾਲ ਧੱਕੇ ਦੇ ਨਾਲ ਉੱਥੇ ਉਹਦੇ ਵਿੱਚ, ਕੀ ਇਹ ਵਿਘਨ ਪਾਉਣ ਦੇ ਬਰਾਬਰ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਏ? ਕੁਦਰਤੀ ਹੈ ਕਿ ਜਿਹੜੇ ਪ੍ਰਬੰਧਕ ਹਨ, ਕੋਈ ਵੀ ਭਾਵੇਂ ਇੱਕ ਸਧਾਰਨ ਗੁਰਦੁਆਰਾ ਹੋਏ, ਉਸ ਦੇ ਪ੍ਰਬੰਧ ਵਿੱਚ ਵੀ ਜੇ ਕੋਈ ਕਵੇ ਆਪਣੀ ਰਾਏ ਤਾਂ ਦੇ ਸਕਦਾ, ਸੁਜੈਸ਼ਨ ਦੇ ਸਕਦਾ, ਪਰ ਜੇ ਕਵੇ ਕਿ ਮੈਂ ਸਟੇਜ ਦੇ ਉੱਤੇ ਇਸ ਤਰ੍ਹਾਂ ਕਰਾਂਗਾ, ਕੀ ਉਸ ਦੇ 'ਚ ਵਿਘਨ ਨਹੀਂ ਪਏਗਾ?
ਇਹ ਇੱਕ ਬਹੁਤ ਹੀ ਜਿਹੜਾ ਗੰਭੀਰ ਪਵਿੱਤਰ ਦਿਨ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ, ਉਸ 'ਤੇ ਆਪਣੇ ਹੰਝੂ ਸ਼ਰਧਾਂਜਲੀ ਦੇਣ ਦਾ ਇਹ ਜਿਹੜਾ ਐਲਾਨ ਕੀਤਾ ਗਿਆ, ਇਹਦੇ ਬਾਰੇ ਕੀ ਪ੍ਰਤੀਕਰਮ ਹੈ ਔਰ ਕੀ ਹਕੀਕਤ ਕੀ ਹੈ? ਜੀ ਜ਼ਮੀਨ ਦੋਜ ਬਣੇ ਜਿਹੜੀ ਹੈ ਖੇਤਰ ਹੈ ਉਸਨੂੰ ਸ਼ਹੀਦ ਗੈਲਰੀ ਵਜੋਂ ਐਲਾਨਿਆ ਜਾਵੇ। ਇਹ ਮੰਗ ਪਿਛਲੇ 7-8 ਸਾਲਾਂ ਤੋਂ ਲਗਾਤਾਰ ਉੱਠ ਰਹੀ ਹੈ ਤੇ ਜਦੋਂ ਵੀ ਇਹ ਸ਼ਹੀਦੀ ਦਿਹਾੜਾ 6 ਜੂਨ ਆਉਣ ਵਾਲਾ ਹੁੰਦਾ ਤਾਂ 15 ਦਿਨ 20 ਦਿਨ ਜਾਂ ਮਹੀਨਾ ਪਹਿਲਾਂ ਇਹ ਮੰਗ ਉੱਠਣੀ ਸ਼ੁਰੂ ਹੋ ਜਾਂਦੀ ਹੈ। ਪਰ ਪਿਛਲੇ ਕੁਛ ਸਾਲਾਂ 2 ਸਾਲਾਂ ਤੋਂ ਇਹ ਮੰਗ ਲਗਾਤਾਰ ਹੀ ਉੱਠ ਰਹੀ ਹੈ। ਪਿਛਲੇ ਸਾਲ ਦਲ ਖਾਲਸਾ ਵੱਲੋਂ ਇਸ 5 ਦਿਨਾਂ ਲਈ ਭੁੱਖ ਹੜਤਾਲ ਵੀ ਕੀਤੀ ਗਈ ਸੀ। ਹੁਣ ਫਿਰ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਫਿਰ ਮੰਗ ਸ਼ੁਰੂ ਕਰ ਦਿੱਤੀ ਸੀ। ਕੱਲ ਜਲੰਧਰ 'ਚ ਇੱਕ ਮੀਟਿੰਗ ਵੀ ਹੋਈ ਹੈ ਜਿਸ 'ਚ ਸਿੱਖ ਜਥੇਬੰਦੀਆਂ ਸ਼ਾਮਲ ਹੋਈਆਂ, ਜਿੰਨਾ ਚ ਦਲ ਖਾਲਸਾ ਪੰਥ ਪ੍ਰਧਾਨੀ ਪੰਥਕ ਸੇਵਾ ਦਲ ਤੇ ਹੋਰ ਜਥੇਬੰਦੀਆਂ ਸ਼ਾਮਲ ਸਨ। ਉਹਨਾਂ ਨੇ ਫਿਰ ਇਹ ਮੰਗ ਦੁਹਰਾਈ ਹੈ। ਉਹਨਾਂ ਦੇ ਮੁਤਾਬਕ ਜੇ 6 ਜੂਨ ਨੂੰ ਸ਼ਹੀਦੀ ਦਿਹਾੜੇ ਵਾਲੇ ਦਿਨ ਸਮਾਰਕ ਬਣਾਉਣ ਦਾ ਐਲਾਨ ਨਹੀਂ ਕੀਤਾ ਜਾਂਦਾ ਤਾਂ ਉਹ ਖੁਦ ਇਹਦਾ ਬਣਾਉਣ ਦਾ ਐਲਾਨ ਕਰਨਗੇ। ਦੂਸਰਾ ਉਹਨਾਂ ਨੇ ਕਿਹਾ ਵੀ ਜੇ ਉਸ ਦਿਨ ਸ਼ਹੀਦ ਗੈਲਰੀ ਨੂੰ ਨਹੀਂ ਖੋਲਿਆ ਜਾਂਦਾ ਤਾਂ ਉਹ ਸੰਗਤਾਂ ਦੇ ਸਹਿਯੋਗ ਨਾਲ ਖੋਲਣਗੇ। 6 ਜੂਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਸ ਦਿਨ ਜੂਨ 1984 ਦਿਨ ਸਾਕਾ ਨੀਲਾ ਤਾਰਾ ਸਮੇਂ ਜੋ ਵੀ ਸ਼ਰਧਾਲੂ ਜਾਂ ਦੂਸਰੇ ਜੋ ਵੀ ਵਿਅਕਤੀ ਸਨ ਜਿਨ੍ਹਾਂ ਦਾ ਉਸ ਦਿਨ ਸ਼ਹੀਦ ਹੋਏ ਜਾਂ ਮਾਰੇ ਗਏ ਉਹਨਾਂ ਦੀ ਯਾਦ ਭੋਗ ਪਾਇਆ ਜਾਣਾ। ਸ਼ਰਧਾਂਜਲੀ ਭੇਟ ਕੀਤੀ ਜਾਏਗੀ ਜਥੇਦਾਰ ਵੱਲੋਂ। ਇਹ ਸਮਾਗਮ ਪਿਛਲੇ ਕੁਝ ਸਾਲਾਂ ਤੋਂ ਇੰਜ ਹੀ ਚੱਲਦਾ ਆ ਰਿਹਾ ਤੇ ਉਹਨੂੰ ਸ਼ਾਂਤੀਪੂਰਨ ਉਹਨਾਂ ਨੂੰ ਕੀਤਾ ਜਾਂਦਾ ਹੈ, ਸ਼ਰਧਾਂਜਲੀ ਦਿੱਤੀ ਜਾਂਦੀ ਹੈ, ਕੁਛ ਪਰਾਂ ਨੂੰ ਸਰੋਪੇ ਦਿੱਤੇ ਜਾਂਦੇ ਨੇ, ਇਸ ਤਰ੍ਹਾਂ ਉਹ ਇਹ ਦਿਹਾੜਾ ਮਨਾਇਆ ਜਾਂਦਾ। ਪਰ ਇਸ ਵਾਰ ਜਿਸ ਤਰ੍ਹਾਂ ਦਾ ਸਿਰ ਖਦਸ਼ੇ ਪਰਖਾਏ ਜਾ ਰਹੇ ਹਨ, ਜਿਵੇਂ ਕੱਲ ਕੁਝ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਤੇ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਸ਼ਹੀਦ ਗੈਲਰੀ ਸੰਗਤਾਂ ਦੇ ਸਹਿਯੋਗ ਨਾਲ ਖੋਲਾਂਗੇ, ਦੂਸਰਾ ਅਸੀਂ ਆਪ ਇਸ ਵਾਰ ਹਟਾਉਣ ਦਾ ਐਲਾਨ ਕਰਾਂਗੇ। ਇਹ ਉਸ ਸਮਾਗਮ ਦੌਰਾਨ ਕੁਛ ਏਦਾਂ ਦਾ ਹੁੰਦਾ ਤਾਂ ਨਾ ਸਿਰਫ ਵਿਘਨ ਪਏਗਾ ਕੁਛ ਹੋਰ ਵੀ ਇਸ ਤਰ੍ਹਾਂ ਦਾ ਹੋ ਸਕਦਾ ਜਿਹਦੇ ਨਾਲ ਸਿੱਖਾਂ ਨੂੰ ਮੁੜ ਜਲਾਲਾ ਚੱਲ ਨਹੀਂ ਪਏ। ਜੇ ਇੱਕ ਦੂਜੇ ਦੇ ਕੋਈ ਸੱਤੀ ਪੈਂਦੇ ਆ ਕੁਛ ਹੁੰਦਾ ਇਸ ਤਰ੍ਹਾਂ ਤਾਂ ਕਿਸਾ ਹੀ ਹੁੰਦੀ ਹੈ। ਉਹ ਖੋਲਣ ਦਾ ਯਤਨ ਕਰਦੇ ਆ ਸ਼ਹੀਦ ਗੈਲਰੀ ਨੂੰ ਤੇ ਸ਼੍ਰੋਮਣੀ ਕਮੇਟੀ ਵਾਲੇ ਰੋਕਦੇ ਆ ਤਾਂ ਉਹ ਫਿਰ ਇੱਕ ਜਿਹੜੀ ਆ ਉਹ ਦੁਖਦਾਈ ਘਟਨਾ ਵਾਪਰ ਸਕਦੀ ਹੈ। ਜਗਤਾਰ ਸਿੰਘ ਜੀ, ਜਿਹੜਾ ਸ਼ਹੀਦ ਗੈਲਰੀ ਦਾ ਜਿਵੇਂ ਅਸੀਂ ਦੇਖ ਰਹੇ ਹਾਂ, ਸਾਡੇ ਕੋਲ ਕੁਛ ਤਸਵੀਰਾਂ ਸਿੱਖ ਮਿਊਜ਼ੀਅਮ ਦੀਆਂ ਉਸ ਗੈਲਰੀ ਦੀਆਂ ਹੈਗੀਆਂ, ਜਿਹੜੀ ਕਿ ਕਮਾਲ ਦੀ ਗੱਲ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਹੀ, ਔਰ ਉਸ ਦੇ ਨਾਲ ਹੀ ਭਾਈ ਅਮਰੀਕ ਸਿੰਘ, ਜਨਰਲ ਸ਼ਾਹਬੇਗ ਸਿੰਘ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਉਟਾਈ ਹੋਈ ਇਮਾਰਤ, ਔਰ ਉਸ ਦੇ ਇਲਾਵਾ ਹੋਰ ਵੀ ਜਿਹੜੇ ਸ਼ਹੀਦ ਹੋਏ, ਕੇਹਰ ਸਿੰਘ, ਸਤਵੰਤ ਸਿੰਘ, ਬੇਅੰਤ ਸਿੰਘ, ਉਹਨਾਂ ਸਾਰਿਆਂ ਦੀ ਉਹ ਗੈਲਰੀ ਬਹੁਤ ਪ੍ਰੋਮੀਨੈਂਟਲੀ ਲਗਾਈ ਗਈ ਔਰ ਬਣੀ ਹੋਈ ਹੈ। ਬਲਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਜਿਹੜੀਆਂ ਟਾਈਲਾਂ ਹਨ, ਉਹ ਜਿਹੜੀਆਂ ਸ਼ਹੀਦੀ ਟਾਈਲਾਂ ਜਿਨ੍ਹਾਂ ਦੇ ਉੱਤੇ ਖੂਨ ਰਚਿਆ ਹੋਇਆ, ਉਹ ਹਾਲੇ ਵੀ ਹੈ। ਜਿਹੜੀ ਜ਼ਿੰਦਾ ਯਾਦਗਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਢਾਈ ਗਈ ਸੀ, ਹਾਲਾਂ ਉਸ ਵੇਲੇ ਸਿੰਘ ਸਾਹਿਬਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਉਸ ਵੇਲੇ ਉਹਨਾਂ ਨੂੰ ਉਸੇ ਤਰ੍ਹਾਂ ਰੱਖਿਆ ਜਾਏਗਾ, ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਉਸੇ ਤਰ੍ਹਾਂ ਦੀ ਬਣੇਗੀ। ਪਰ ਕਿਤਨੀ ਹੈਰਾਨੀ ਔਰ ਅਫਸੋਸ ਦੀ ਗੱਲ ਹੈ ਕਿ ਜਦੋਂ ਨਵੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਾਈ ਗਈ, ਉਸ ਦੀ ਚੌੜਾਈ 30 ਫੁੱਟ ਵਧਾ ਦਿੱਤੀ ਗਈ। ਯਾਨੀ ਅਸੀਂ ਆਪਣੇ ਵਿਰਸੇ ਨੂੰ, ਯਾਦ ਨੂੰ ਅਸੀਂ ਖੁਦ ਬਰਬਾਦ ਕਰਨ ਦੇ ਉੱਤੇ ਅਸੀਂ ਤੁਲੇ ਹੋਏ ਹਾਂ ਕਿ ਅਸੀਂ ਉਸਨੂੰ ਸਾਰੇ ਵਿਰਸੇ ਨੂੰ ਬਰਬਾਦ ਕਰ ਦਿੱਤਾ। ਹਰਿਮੰਦਰ ਬਰਲਿਨ ਦੀ ਦੀਵਾਰ ਹੈ, ਉਸ ਦੇ ਟੁਕੜੇ ਲੋਕਾਂ ਨੇ ਲੈਮੀਨੇਟ ਕਰਾ ਕੇ ਸਾਂਭ ਲਏ। ਬਰਲਿਨ ਦੀ ਯਾਦਗਾਰ ਜਿਹੜੀ ਹੈ, ਜਿਹੜੇ ਜਿਊਜ਼ ਨੇ ਬਰਲਿਨ ਦੇ ਵਿੱਚ ਹਿਟਲਰ ਦੇ ਬੰਕਰ ਦੇ ਉੱਤੇ ਅਸੀਂ ਤਸਵੀਰ ਦੇਖ ਰਹੇ ਹਾਂ, ਉੱਥੇ ਬਰਲਿਨ ਦੇ ਵਿੱਚ ਜਿਹੜੀ ਸੀ, ਜਿੱਥੋਂ ਗੱਲ ਉੱਠੀ ਸੀ ਉੱਥੇ ਯਾਦਗਾਰ ਬਣਾਈ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰੇ ਪਾਵਨ ਜਿਹੜੇ ਟੁਕੜੇ ਸੀ ਜਾਂ ਜੋ ਉਹਦੇ ਸੀ, ਬਰਬਾਦ ਹੋਏ ਜਾਂ ਟੁੱਟੇ ਹੋਏ, ਅਸੀਂ ਉਸਨੂੰ ਮਲਬਾ ਕਹਿ ਕੇ ਸੁੱਟ ਦਿੱਤਾ।
ਕੀ ਉਹ ਸਾਡੇ ਲਈ ਬਹੁਤ ਕੀਮਤੀ ਨਹੀਂ? ਉਹਨਾਂ ਨੂੰ ਸਾਂਭਣ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਉਹ ਟੁਕੜੇ ਜਿਹਨਾਂ ਦੀ ਕੀਮਤ ਸੋਨੇ ਤੋਂ ਵੀ ਇੱਟਾਂ ਤੋਂ ਵੱਧ ਕੀਮਤੀ ਹਨ, ਉਹ ਕਿੱਥੇ ਹੈ ਜਿਹਨੂੰ ਮਲਬਾ ਕਰਕੇ ਕਿਹੜੇ ਕੂੜੇ ਦੇ ਢੇਰ ਵਿੱਚ ਦੱਬ ਦਿੱਤਾ ਗਿਆ? ਅਤੇ ਜਿਹੜੀ ਗੱਲ ਜਿਵੇਂ ਬਰਲਿਨ ਦੀ ਗੱਲ ਕੀਤੀ, ਇਸ ਦੇ ਲਈ ਸਾਰਥਕ ਤੌਰ ਦੇ ਉੱਤੇ ਕਿਹੋ ਜਿਹਾ ਨਕਸ਼ਾ ਕੀ ਬਣਨਾ, ਅਸੀਂ ਉਸ ਦੇ 'ਤੇ ਗੱਲ ਕਰਨੀ ਹੈ ਕਿ ਪਹਿਲਾਂ ਜਾ ਕੇ ਅਸੀਂ ਉਸ ਸਮਾਗਮ ਦੇ ਵਿੱਚ ਅਸੀਂ ਇੱਥੇ ਨੀਂਹ ਪੱਥਰ ਰੱਖ ਦੇਣਾ? ਸੋ ਇਹ ਕਿਸ ਤਰ੍ਹਾਂ ਕੁਛ ਤੁਹਾਨੂੰ ਦੁਬਿਧਾ ਨਹੀਂ ਲੱਗਦੀ ਹੈਗੀ ਸਾਰੇ ਦੇ ਵਿੱਚ? ਇਹ ਅਜੇ ਤੱਕ ਤਾਂ ਜੀ ਸਾਰੀ ਦੁਬਿਧਾ ਹੀ ਹੈ ਜੀ, ਦੁਬਿਧਾ ਵਾਲੀ ਹੀ ਸਥਿਤੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਵਾਰ ਇਸ ਬਾਰੇ ਐਲਾਨ ਕਰ ਚੁੱਕੀ ਹੈ ਵੀ ਸ਼ਹੀਦੀ ਯਾਦਗਾਰ ਬਣਾਈ ਜਾਏਗੀ ਜੀ, ਤੇ ਇਹ ਯਾਦਗਾਰ ਜਿਹੜੀ ਹੈ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਵਿੱਚ ਹੀ ਹੋਵੇਗੀ ਜੀ। ਬੀਬੀ ਜਗੀਰ ਕੌਰ ਦੇ ਵੇਲੇ ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਇੱਕ ਰੈਜ਼ੋਲੂਸ਼ਨ ਵੀ ਪਾਸ ਕਰ ਚੁੱਕੀ ਹੈ ਜੀ, ਸਰਵਸੰਮਤੀ ਨਾਲ ਇਹ ਰੈਜ਼ੋਲੂਸ਼ਨ ਪਾਸ ਹੋਇਆ ਸੀ ਜੀ ਜੀ, ਤੇ ਕੁਝ ਸਾਲ ਬਾਅਦ ਉਹਨਾਂ ਨੇ ਇਹਨੂੰ ਬਣਾਉਣ ਦਾ ਨੀਂਹ ਪੱਥਰ ਰੱਖਣ ਦਾ ਐਲਾਨ ਵੀ ਕੀਤਾ, ਪਰ ਐਨ ਆਖਰੀ ਮੌਕੇ ਉਹਨਾਂ ਨੇ ਜੀ ਇਹ ਐਲਾਨ ਵਾਪਸ ਲੈ ਲਿਆ, ਜੋ ਅੱਜ ਵੀ ਪੂਰਾ ਨਹੀਂ ਹੋ ਸਕਿਆ। ਹਾਂਜੀ ਹਾਂਜੀ, ਸੋ ਗੱਲ ਤਾਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਜਿਹੜੀ ਯਾਦਗਾਰ ਹੈ ਕੀ ਉਹ ਹਰਿਮੰਦਰ ਸਾਹਿਬ ਦੇ ਵਿੱਚ ਹੀ ਬਣਨੀ ਚਾਹੀਦੀ ਹੈ, ਜਾਂ ਜਿਵੇਂ ਜਿਊਜ਼ ਨੇ ਬਰਲਿਨ ਦੇ ਵਿੱਚ ਬਣਾਈ, ਕੀ ਉਸਦੇ ਸੋਮੇ ਦਿੱਲੀ ਦੇ ਵਿੱਚ ਯਾਦਗਾਰ ਬਣਨੀ ਚਾਹੀਦੀ ਹੈ, ਕਿਹੜੀ ਥਾਂ ਬਣਨੀ ਚਾਹੀਦੀ ਹੈ, ਕਿਹਦਾ ਸਰੂਪ? ਦੂਸਰੀ ਗੱਲ ਇੱਕ ਹੋਰ ਬੜੀ ਅਹਿਮ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗੇ ਹਾਂ, ਜਿਹਦੇ 'ਤੇ ਸਿੱਖ ਚਿੰਤਕ ਬਹੁਤ ਜ਼ਿਆਦਾ ਚਿੰਤਾਵਾਨ ਵੀ ਹਨ। ਜਿਵੇਂ ਅਸੀਂ ਇੱਕ ਤਸਵੀਰ ਦੇਖੀਏ ਬੁੰਗਾ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਬੁੰਗਾ ਹੈ, ਇਹ ਇੱਕ ਯਾਦਗਾਰ ਬਣਾਈ ਗਈ। ਸਰਦਾਰ ਪਤਵੰਤ ਸਿੰਘ ਨੇ ਇਹ ਕਿਹਾ ਕਿ ਇਹ ਬੁੰਗਾ ਇੱਕ ਜਿੱਤ ਦੀ ਨਿਸ਼ਾਨੀ ਸੀ, ਪਰ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹਰਿਮੰਦਰ ਸਾਹਿਬ ਤੋਂ ਉੱਚਾ, ਉਸ ਤੋਂ ਬੁਲੰਦ ਬੁੰਗਾ ਬਣਾ ਦੇਣਾ, ਕੀ ਹਰਿਮੰਦਰ ਸਾਹਿਬ ਨੂੰ ਬਾਉਣਾ ਨਹੀਂ ਕਰਦਾ? ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਸੀ, ਉਸਦੀ ਬੁਲੰਦੀ ਘਟਾਉਣ ਦੇ ਦੋ ਤਰੀਕੇ ਸੀ, ਜਾਂ ਤਾਂ ਉੱਤੋਂ ਕੱਟ ਦਿੱਤਾ ਜਾਏ ਜਾਂ ਉਸਦੀ ਚੌੜਾਈ ਵਧਾ ਦਿੱਤੀ ਜਾਏ। ਇੱਥੇ ਉਹਦੀ ਚੌੜਾਈ ਵਧਾ ਦਿੱਤੀ ਗਈ। ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ, ਉਹਨਾਂ ਦੀ ਯਾਦਗਾਰ ਬਣੀ ਸੀ, ਉਸ ਨੂੰ ਉੱਥੋਂ ਹਰਿਮੰਦਰ ਅਕਾਲ ਤਖਤ ਸਾਹਿਬ ਨੂੰ ਵੱਡਾ ਕਰਨ ਲਈ, ਉਹਨੂੰ ਇੱਕ ਵੱਡਾ ਗੁਰਦੁਆਰਾ ਬਣਾਉਣ ਲਈ ਉਸਦੇ ਉਹ ਬੁੰਗਾ ਉੱਥੋਂ ਤਬਦੀਲ ਕਰ ਦਿੱਤਾ ਗਿਆ। ਇਹਦਾ ਮਤਲਬ ਹੈ ਸਾਰਾ ਐਡਹੋਕਿਜ਼ਮ ਹੈ। ਇੱਕ ਹੋਰ ਤੁਹਾਨੂੰ ਇੱਕ ਸਾਡੀ ਜੋ ਸੋਚ ਹੈ, ਜਿਹੜਾ ਡੇਰਾ ਸਾਹਿਬ ਔਰ ਜਿਹੜਾ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਇੱਕ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ, 6 ਔਰ 7 ਨੰਬਰ ਤਸਵੀਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ, ਉਹ ਇੱਕ ਕਮਰੇ ਦੀ ਇੱਕ ਮੰਜ਼ਲੀ ਇਮਾਰਤ ਹੈ, ਪਰ ਜਦੋਂ ਅਸੀਂ ਬਣਾਉਣ ਲੱਗੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ, ਇਸ ਦੇ ਨਾਲ ਹੀ ਜਿਹੜੀ ਸਮਾਧ ਹੈ ਉਹ ਤੁਸੀਂ ਦੇਖੋ 4 ਮੰਜ਼ਲੀ ਬਣਾ ਦਿੱਤੀ, ਉਹ ਸਮਾਧ ਦੇ ਨਾਲ ਉਹ ਡੇਰਾ ਸਾਹਿਬ ਇੱਦਾਂ ਲੱਗ ਰਿਹਾ ਜਿਵੇਂ ਕਿਸੇ ਇੱਕ ਵੱਡੀ ਵੱਡੀ ਕੋਠੀ ਦੇ ਵਿੱਚ ਇੱਕ ਛੋਟਾ ਜਿਹਾ ਹੁੰਦਾ। ਇਹਦਾ ਮਤਲਬ ਹੈਗਾ ਕਿ ਸਾਡੀ ਸੋਚ ਜਿਹੜੀ ਹੈ ਆਰਕੀਟੈਕਚਰ ਪੱਖੋਂ ਕਹਿ ਲਈਏ ਜਾਂ ਕਿਸੇ ਪੱਖੋਂ ਵੀ, ਇਹਦਾ ਮਤਲਬ ਇਹ ਕਿਸ ਤਰ੍ਹਾਂ ਦੀ ਸਾਡੀ ਸੋਚ ਹੈ? ਕੀ ਇਸ ਦੇ ਉੱਤੇ ਇੱਕ ਐਡਹੋਕਿਜ਼ਮ ਨਾਲ ਹੀ ਗੱਲ ਹੋਣੀ ਚਾਹੀਦੀ ਹੈ, ਜਾਂ ਸਾਨੂੰ ਗੰਭੀਰਤਾ ਨਾਲ ਬਹਿ ਕੇ ਸਿੱਖ ਆਰਕੀਟੈਕਚਰ ਦੇ ਮੁਤਾਬਕ ਉਹਦਾ ਸਥਾਨ, ਉਹਦਾ ਨਕਸ਼ਾ, ਉਹ ਸਾਰਾ ਕੁਝ ਕਰਕੇ ਕਰਨਾ ਚਾਹੀਦਾ, ਜਾਂ ਇਸੇ ਤਰੀਕੇ ਨਾਲ ਹੀ ਉਸ ਦਿਨ ਧੱਕੇ ਜ਼ੋਰੀ ਨਾਲ ਹੀ ਕਰਕੇ ਸਾਨੂੰ ਅਸੀਂ ਉੱਥੇ ਦੁਬਿਧਾ ਔਰ ਝਗੜਾ ਪੈਦਾ ਕਰੀਏ? ਮੇਰੀ ਨਿੱਜੀ ਰਾਏ ਤਾਂ ਇਹ ਹੈ ਜੀ, ਅਜਿਹੇ ਸਿੱਖ ਮਸਲੇ ਜੀ ਉਹ ਸਿੱਖ ਯਾਦਗਾਰਾਂ ਨਾਲ ਜੁੜੇ ਹੋਣ ਜਾਂ ਹੋਰ ਸਮੱਸਿਆਵਾਂ ਨਾਲ ਜੁੜੇ ਹੋਣ ਜਾਂ ਸਿੱਖ ਆਰਕੀਟੈਕਚਰ ਨਾਲ ਜੁੜੇ ਹੋਏ ਹੋਣ ਜੀ, ਉਹਨਾਂ ਸੰਬੰਧੀ ਕੋਈ ਵੀ ਫੈਸਲਾ ਜਿਹੜਾ ਉਹ ਗੰਭੀਰਤਾ ਨਾਲ ਰਲ ਮਿਲ ਬੈਠ ਕੇ ਵਿਚਾਰਨ ਤੋਂ ਬਾਅਦ, ਹਰ ਪੱਖ ਨੂੰ ਸੋਚਣ ਤੇ ਵਿਚਾਰਨ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਜੀ ਜੀ, ਕਿਉਂਕਿ ਜਿਸ ਤਰ੍ਹਾਂ ਦਾ ਤੁਸੀਂ ਦੱਸਿਆ ਜੀ ਵੀ ਕਈ ਥਾਵਾਂ ਤੇ ਅਸੀਂ ਜਿਹੜੀਆਂ ਇਤਿਹਾਸਕ ਇਮਾਰਤਾਂ ਸੀ ਉਹਨਾਂ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਉੱਚਾ ਕਰ ਦਿੱਤਾ ਤੇ ਇਤਿਹਾਸਕ ਇਮਾਰਤਾਂ ਦਾ ਕੱਦ ਜਿਹੜਾ ਉਹ ਨੀਵਾਂ ਜਾਪਦਾ ਹੈ। ਜੇ ਅਸੀਂ ਇਹੋ ਜਿਹੇ ਫੈਸਲੇ ਕਰਨ ਤੋਂ ਪਹਿਲਾਂ ਆਪਸ ਰਲ ਮਿਲ ਬੈਠ ਕੇ ਸਾਰੇ ਪੱਖਾਂ ਨੂੰ ਵਿਚਾਰ ਲਈਏ ਜੀ ਤਾਂ ਉਹ ਜ਼ਿਆਦਾ ਬਿਹਤਰ ਹੋਏਗਾ ਜੀ। ਉਹਦੇ ਨਾਲ ਜਿਹੜੀਆਂ ਹੁਣ ਆਸ਼ੰਕਾਵਾਂ ਨੇ ਮਨ ਚ ਜਾਂ ਹੁਣ ਭਰਮ ਉੱਠੇ ਨੇ ਜਾਂ ਸਾਰੀਆਂ ਗੱਲਾਂ ਨੇ ਉਹ ਬਾਅਦ ਨਹੀਂ ਉਭਰਨਗੀਆਂ ਜੀ ਜੀ।
ਮੇਰੀ ਇਹ ਆਪਣੀ ਨਿੱਜੀ رائے ਹੈ ਕਿ ਕੋਈ ਵੀ ਅਜਿਹਾ ਮਾਮਲਾ ਜੀ ਜੇ ਯਾਦਗਾਰ ਬਣਾਉਣ ਦਾ, ਕਿੱਥੇ ਬਣਾਉਣੀ ਹੈ, ਕਿਵੇਂ ਬਣਾਉਣੀ ਹੈ, ਕਿਸ ਤਰ੍ਹਾਂ ਦੀ ਬਣਾਉਣੀ ਹੈ, ਬਣਨੀ ਜਾਂ ਨਹੀਂ ਬਣਨੀ, ਜੋ ਵੀ ਹੈ, ਜਿਸ ਤਰ੍ਹਾਂ ਦੇ ਵੀ ਮਾਮਲੇ ਨੇ, ਉਹਨਾਂ ਨੂੰ ਪਹਿਲਾਂ ਰਲ ਮਿਲ ਬੈਠ ਕੇ ਵਿਚਾਰਨਾ ਚਾਹੀਦਾ ਤੇ ਉਸ ਤੋਂ ਬਾਅਦ ਹੀ ਕੋਈ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ। ਬਿਲਕੁਲ, ਬਹੁਤ ਅੱਛੀ ਤੁਹਾਡੀ رائے ਹੈ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਉਹਦੇ ਬਾਅਦ ਫਿਰ ਮੁੜ ਆਪ ਨਾਲ ਇਸ ਗੱਲਬਾਤ ਦੇ ਉੱਤੇ ਜਾਰੀ ਕਰਾਂਗੇ। ਇੱਕ ਛੋਟਾ ਜਿਹਾ ਵਕਤ। ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਸਾਕਾ ਨੀਲਾ ਤਾਰਾ ਦੀ, ਉਹ ਯਾਦਗਾਰ ਜਿਹੜੀ ਯਾਦ, ਜਿਹੜੀਆਂ ਯਾਦਾਂ, ਜਿਹੜੀਆਂ ਨਿਸ਼ਾਨੀਆਂ, ਜਿਹੜੀਆਂ ਗੁਰੂ ਸਾਹਿਬ ਦੇ ਹੱਥ ਲੱਗੀਆਂ ਨਿਸ਼ਾਨੀਆਂ ਸਨ, ਉਹ ਅਸੀਂ ਸਾਰੀਆਂ ਆਪਣੇ ਹੱਥੀਂ ਮਲਬਾ ਕਹਿ ਕੇ ਸੁੱਟ ਦਿੱਤੀਆਂ, ਬਰਬਾਦ ਕਰ ਦਿੱਤੀਆਂ। ਹਾਲੇ ਵੀ ਬਹੁਤੀ ਦੇਰ ਨਹੀਂ ਹੋਈ, ਉਹਨਾਂ ਨੂੰ ਪਤਾ ਹੈ ਕਿੱਥੇ ਹਨ, ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਪਰ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਿਧਾਂਤਕ ਤੌਰ ਦੇ ਉੱਤੇ ਉਹ ਯਾਦਗਾਰ, ਉਹਦਾ ਸਟਰਕਚਰ, ਉਹਦਾ ਡਿਜ਼ਾਈਨ ਕੀ ਹੋਣਾ ਚਾਹੀਦਾ। ਇਹ ਨਾ ਹੋਏ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਉਹ ਯਾਦਗਾਰ ਬਣ ਰਹੀ ਹੈ, ਮੀਨਾਰੇ ਖਾਲਸਾ ਬਣ ਰਿਹਾ, ਕਦੀ ਕੁਛ ਬਣ ਰਿਹਾ, ਪਰ ਉਹ ਹਰ ਵਾਰੀ ਇਰਿਵਰਸੀਬਲ ਲੋਸ ਜਿਹਨੂੰ ਕਿਹਾ ਜਾਂਦਾ, ਜਿਹੜਾ ਘਾਟਾ ਕਦੀ ਪੂਰਾ ਨਾ ਹੋਣ ਵਾਲਾ ਜੇਕਰ ਅਸੀਂ ਪੂਰਾ ਨਾ ਕਰੀਏ। ਔਰ ਸਭ ਤੋਂ ਵੱਡੀ ਗੱਲ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ, ਕੁਛ ਧੜੇ ਜਥੇਬੰਦੀਆਂ ਜਿਹੜੀਆਂ ਨੇ ਓਪਨਲੀ ਖੁੱਲ੍ਹੇਆਮ ਇਹ ਐਲਾਨ ਕੀਤਾ ਸੀ ਕਿ ਅਸੀਂ, ਸਾਡਾ ਮਕਸਦ ਅਕਾਲ ਤਖਤ ਸਾਹਿਬ 'ਤੇ ਕਬਜ਼ਾ ਕਰਨਾ, ਕਿਉਂਕਿ ਉੱਥੋਂ ਦੇ ਹੁਕਮਨਾਮੇ ਉਹਨਾਂ ਨੇ ਰੱਦ ਕੀਤੇ। ਪਰ ਉਹਨਾਂ ਨੇ ਐਲਾਨ ਕੀਤਾ ਇਸ ਦਾ ਰਸਤਾ ਵਾਇਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਰਾਹੀਂ ਜਾਂਦਾ। ਸੋ ਉਹ ਜਥੇਬੰਦੀਆਂ ਜਦੋਂ ਮਿਲ ਕੇ ਇਸ ਤਰ੍ਹਾਂ ਦੀਆਂ ਗੱਲ ਕਰ ਰਹੀਆਂ ਹਨ, ਅਤੇ ਸਰ ਜਗਤਾਰ ਸਿੰਘ ਜੀ, ਕੀ ਤੁਹਾਨੂੰ ਉਹਦੇ ਵਿੱਚ ਇਹਨਾਂ ਦੀ ਸੋਚ ਵਿੱਚ ਕਿੰਨੀ ਕੁ ਗੰਭੀਰਤਾ ਹੈ, ਕਿੰਨਾ ਕੁ ਇੱਕ ਪੋਲੀਟੀਕਲ ਏਜੰਡਾ ਹੈ, ਔਰ ਕਿੰਨੀ ਕੁ ਇਹਦੇ ਵਿੱਚ ਇੱਕ ਸੰਜੀਦਗੀ ਤੁਹਾਨੂੰ ਨਜ਼ਰ ਆਉਂਦੀ ਹੈ? ਗੰਭੀਰਤਾ ਨਾਲ ਨਜ਼ਰ ਮਾਰੀ ਜਾਵੇ ਜੀ ਤਾਂ ਜਿਹੜੀ ਸਿੰਸੈਰਿਟੀ ਹੈ ਜੀ, ਉਹ ਕੁਝ ਜਥੇਬੰਦੀਆਂ 'ਚ ਨਜ਼ਰ ਨਹੀਂ ਆਉਂਦੀ। ਉਹਨਾਂ ਦਾ ਮੰਤਵ ਸਿਰਫ ਤਾਂ ਸਿਰਫ ਜਿਹੜੀ ਆ ਉਹ ਆਪਣੀ ਮਕਬੂਲੀਅਤ ਜਾਂ ਪਬਲਿਸਿਟੀ ਤੱਕ ਹੀ ਸੀਮਤ ਹੈ ਜੀ। ਕਈ ਵਾਰ ਵੀ ਜਥੇਬੰਦੀਆਂ ਕਈ ਵਾਰ ਤਾਂ ਕੀ ਮਤਲਬ ਸੋਚਦੀਆਂ ਹੀ ਨਹੀਂ ਵੀ ਜੋ ਵੀ ਉਹ ਕੰਮ ਕਰ ਰਹੀਆਂ ਨੇ ਉਹਦੇ ਨਾਲ ਇਸ ਜਿਹੜੀ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜਾਂ ਸ੍ਰੀ ਹਰਿਮੰਦਰ ਸਾਹਿਬ ਹੈ ਜਾਂ ਇਹਨਾਂ ਦੇ ਸਿਧਾਂਤ, ਸਿੱਖੀ ਸਿਧਾਂਤ ਨੇ, ਸਿੱਖ ਧਰਮ ਦੀਆਂ ਪਰੰਪਰਾਵਾਂ ਨੇ ਜੀ, ਉਹ ਰਲਗੱਟ ਹੋ ਰਹੀਆਂ ਨੇ ਜੀ ਜੀ। ਉਹਨਾਂ ਦੀਆਂ ਅਜਿਹੀਆਂ ਅਜਿਹੇ ਫੈਸਲੇ ਜਾਂ ਅਜਿਹੀਆਂ ਗੱਲਾਂ ਦੇ ਕਾਰਨ ਜਿਹੜੀ ਇਹ ਪਰੰਪਰਾ ਸਿਧਾਂਤ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਜੀ, ਉਹ ਨੁਕਸਾਨ ਪੁੱਜ ਰਿਹਾ ਜੀ ਜੀ। ਤੇ ਬਿਲਕੁਲ ਜਿਹੜੀਆਂ ਸੰਸਥਾਵਾਂ ਨੇ ਉਹ ਗੰਭੀਰਤਾ ਨਾਲ ਸੋਚਦੀਆਂ ਵੀ ਨੇ ਜੀ 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 ਜੀ। ਇਸ ਤਰ੍ਹਾਂ ਇਹ ਜੇ ਆਪਾਂ ਕਹੀਏ ਵੀ ਸਾਰੀਆਂ ਸੰਸਥਾਵਾਂ ਇੱਕੋ ਨਜ਼ਰ ਨਾਲ ਇਸ ਮਾਮਲੇ ਨੂੰ ਦੇਖੀਆਂ ਜਾਂ ਗੰਭੀਰ ਨਹੀਂ ਹੈ ਤਾਂ ਉਹ ਗਲਤ ਹੋਵੇਗਾ। ਕੁਛ ਸੰਸਥਾਵਾਂ ਗੰਭੀਰ ਵੀ ਹਨ ਜੀ ਜੀ, ਪਰ ਇਹ ਵੀ ਉਸਨੂੰ ਇਸ ਸੰਬੰਧੀ ਕੋਈ ਵੀ ਜਿਹੜਾ ਵੀ ਫੈਸਲਾ ਉਹ ਮਿਲ ਬੈਠ ਕੇ ਹੀ ਕੀਤਾ ਕਰਨਾ ਚਾਹੀਦਾ ਤੇ ਕੀ ਜਾਣਾ ਚਾਹੀਦਾ। ਬਿਲਕੁਲ ਠੀਕ ਹੈ, ਕਿਉਂਕਿ ਇਸ ਤੋਂ ਪਹਿਲੇ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਜੋ ਉਸਦਾ ਗੁਰੂ ਸਾਹਿਬ ਦੇ ਵੇਲੇ ਦਾ ਬਣਿਆ ਨਕਸ਼ਾ ਸੀ, ਜਿਵੇਂ ਪਹਿਲੇ ਜ਼ਿਕਰ ਕੀਤਾ ਹੈ, ਹਾਲਾਂਕਿ ਸਿੰਘ ਸਾਹਿਬਾਨ ਦਾ ਨਿਰਣਾ ਸੀ ਉਸਦਾ ਨਕਸ਼ਾ ਉਹੀ ਰੱਖਿਆ ਜਾਏਗਾ, ਪੁਰਾਣਾ ਰੱਖਿਆ ਜਾਏਗਾ, ਪਰ ਉਸਨੂੰ ਚੇਂਜ ਕਰ ਦਿੱਤਾ, ਤਬਦੀਲ ਕਰ ਦਿੱਤਾ, ਵੱਡਾ ਕਰ ਦਿੱਤਾ, ਸਾਰਾ ਨਕਸ਼ਾ ਬਦਲ ਦਿੱਤਾ, ਉਸਦੀ ਚੌੜਾਈ ਵਧਾ ਦਿੱਤੀ, ਉਸਦੀ ਉਚਾਈ ਬੁਲੰਦੀ ਜਿਹੜੀ ਹੈ ਉਹ ਛੋਟੀ ਹੋ ਗਈ। ਔਰ ਇਹ ਸਾਰਾ ਕੁਛ ਹਾਲਾਂ ਸ਼੍ਰੋਮਣੀ ਕਮੇਟੀ ਨੇ ਨਹੀਂ ਕੀਤਾ, ਪਰ ਉਹਨਾਂ ਦੀ ਆਪ ਜਿਹੜੀ ਚੁੱਪੀ ਸੀ ਉਸ ਮਾਮਲੇ ਦੇ ਵਿੱਚ, ਉਹ ਵੀ ਉਸ ਤੋਂ ਬਰੀ ਨਹੀਂ ਹੋ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਗੀ ਦੇ ਵਿੱਚ ਉਹ ਸਾਰੀਆਂ ਨਿਸ਼ਾਨੀਆਂ, ਉਹ ਸਾਰਾ ਕੁਛ, ਹਾਲਾਂ ਉਸ ਦੇ ਨਾਲ ਹੀ ਥੋੜ੍ਹੀ ਦੂਰ ਦੇ ਉੱਤੇ ਵਿੱਥ ਦੇ ਉੱਤੇ ਜਲ੍ਹਿਆਂ ਵਾਲੇ ਬਾਗ ਵਿੱਚ ਉਹ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਹਨ, ਕਿਸੇ ਦੀ ਹਿੰਮਤ ਨਹੀਂ ਕਿ ਉਹਨਾਂ ਨੂੰ ਛੇੜ ਦੇਵੇ, ਉਸ ਨੂੰ ਬਕਾਇਦਾ ਸ਼ੀਸ਼ੇ 'ਚ ਮੜਾ ਕੇ ਰੱਖਿਆ। ਪਰ ਇਹ ਜਿਹੜੀਆਂ ਜ਼ਿੰਦਾ ਨਿਸ਼ਾਨੀਆਂ ਸਨ ਜੋ ਨਨਕਾਣਾ ਸਾਹਿਬ ਦੇ ਵਿੱਚ, ਉਹ ਸੜੀ ਹੋਈ ਬੇਰ ਹਾਲੇ ਵੀ ਹੈ, ਜੰਡ ਹਾਲੇ ਵੀ ਹੈ, ਉਹ ਬੀੜ ਜਿਹੜੀ ਸ਼ਹੀਦੀ ਬੀੜ ਹਾਲੇ ਵੀ ਹੈ, ਪਰ ਸ਼੍ਰੋਮਣੀ ਕਮੇਟੀ ਦੀ ਸ਼ਮੂਲੀਅਤ ਜਾਂ ਚੁੱਪੀ ਜਾਂ ਉਹਨਾਂ ਦੀ ਅਣਗਹਿਲੀ ਦੇ ਨਾਲ
ਇਹ ਸਾਰਾ ਵਿਰਸਾ, ਸਾਰੀ ਯਾਦਗਾਰ ਖੁਦ ਅਸੀਂ ਸਮਾਪਤ ਕੀਤੀ ਹੈ ਔਰ ਫਿਰ ਹੁਣ ਅਸੀਂ ਮਤੇ ਪਾਸ ਕਰ ਰਹੇ ਹਾਂ ਉਹਦੀ ਯਾਦਗਾਰ ਬਣਾਈ ਜਾਏ। ਪਰ ਇਹ ਯਾਦਗਾਰ ਅਗਰ ਬਣਨੀ ਹੈ ਤਾਂ ਇਸ ਦੇ ਵਿੱਚ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਸਿੱਖ ਆਰਕੀਟੈਕਚਰ, ਹਰਿਮੰਦਰ ਸਾਹਿਬ ਦੀ ਮਰਿਆਦਾ, ਗੁਰੂ ਘਰ ਦੀ ਮਰਿਆਦਾ ਦਾ ਬਹੁਤ ਖਿਆਲ ਰੱਖਿਆ ਜਾਏ। ਇਹ ਨਹੀਂ ਕਿ ਜਿਵੇਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੀ ਹਰਿਮੰਦਰ ਸਾਹਿਬ ਤੋਂ ਉੱਚੀਆਂ ਇਮਾਰਤਾਂ, ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਉਸ ਸ਼ਹੀਦੀ ਅਸਥਾਨ ਦੇ ਨਾਲ ਉਸ ਤੋਂ 5 ਗੁਣਾ ਉੱਚੀ ਇਮਾਰਤ ਬਣਾ ਦਿੱਤੀ ਜਾਏ, ਇਹ ਸਰਾਸਰ ਨਿਰਾਦਰੀ ਔਰ ਕੋਰ ਬੇਅਦਬੀ ਹੋਏਗੀ। ਸੋ ਜਗਤਾਰ ਸਿੰਘ ਜੀ, ਅਖੀਰ ਵਿੱਚ ਤੁਸੀਂ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਇਸ ਵਿਸ਼ੇ 'ਤੇ ਜਾਂ ਹੋਰ ਉੱਥੋਂ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੋਂ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਦੇਣ ਦੇ ਮਾਮਲੇ 'ਚ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਮਹਿਸੂਸ ਕਰਦਾ ਜੀ, ਪਰ ਮੇਰੀ ਇਹ ਰਾਏ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਤੁਸੀਂ ਅੱਜ ਮਸਲਾ ਵਿਚਾਰਿਆ ਜੀ, ਜੇ ਕੋਈ ਵੀ ਅਜਿਹਾ ਮਸਲਾ ਸਮੁੱਚੀ ਸਿੱਖ ਕੌਮ ਮਿਲ ਬੈਠ ਕੇ ਵਿਚਾਰ ਕੇ ਜੀ ਫਿਰ ਉਸਦਾ ਕੋਈ ਅਗਲਾ ਨਿਰਣਾ ਕਰੇ ਜੀ ਤਾਂ ਉਹ ਭਵਿੱਖ ਲਈ ਬਹੁਤ ਫਾਇਦੇਮੰਦ ਹੋਵੇਗਾ। ਠੀਕ, ਬੀਤ ਗਿਆ ਠੀਕ ਹੈ, ਬੀਤ ਗਿਆ, ਕੁਛ ਗਲਤੀਆਂ ਹੋਈਆਂ, ਕੁਛ ਨਾ ਸਮਝੀ ਵਾਲੇ ਫੈਸਲੇ ਹੋਏ ਜਾਂ ਨਹੀਂ ਠੀਕ ਕੰਮ ਹੋਏ, ਪਰ ਹੁਣ ਘੱਟੋ ਘੱਟ ਭਵਿੱਖ ਨੂੰ ਤਾਂ ਸੁਧਾਰ ਲਿਆ ਜਾਵੇ। ਠੀਕ ਹੈ, ਉਹਦੇ ਲਈ ਜ਼ਰੂਰੀ ਹੈ ਵੀ ਅਸੀਂ ਸਾਰੇ ਸਮੁੱਚੀ ਕੌਮ ਰਲ ਮਿਲ ਬੈਠੇ ਵਿਚਾਰੇ ਫਿਰ ਕੋਈ ਅਗਲਾ ਨਿਰਣਾ ਕਰੇ। ਠੀਕ ਹੈ, ਠੀਕ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਆਗੇ ਸਮਝ ਚਲੋ ਨੰਦ ਲਾਲਾ, ਜੋ ਬੀਤੀ ਸੋ ਬੀਤੀ, ਜਿਹੜਾ ਬਚ ਗਿਆ ਉਹਨੂੰ ਬਚਾ ਲਈਏ, ਇਹ ਵੀ ਬਹੁਤ ਵੱਡਾ ਫਾਇਦਾ ਹੋਏਗਾ। ਜਗਤਾਰ ਸਿੰਘ ਜੀ, ਤੁਹਾਡਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ, ਅਸੀਂ ਬਹੁਤ ਆਭਾਰੀ ਹਾਂ ਤੁਹਾਡੇ, ਸ਼ੁਕਰੀਆ। ਸੋ ਹੁਣ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਦੇ ਉੱਤੇ ਔਰ ਆਪਣੇ ਵਿਚਾਰ ਇਸ ਮਸਲੇ ਬਾਰੇ ਜਾਂ ਹੋਰ ਜਿਹੜੇ ਅਸੀਂ ਆਪ ਨਾਲ ਵਿਚਾਰ ਸਾਂਝੇ ਕੀਤੇ ਹਨ ਉਹਨਾਂ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ ਇੱਕ ਬ੍ਰੇਕ ਦੇ ਬਾਅਦ। ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਸਰ ਵਿੱਚ, ਕੰਪਲੈਕਸ ਵਿੱਚ ਕੀ ਉਹ ਸਾਕਾ ਨੀਲਾ ਤਾਰਾ ਦੀ ਯਾਦ ਬਣਨੀ ਚਾਹੀਦੀ ਹੈ, ਕਿਉਂਕਿ ਪਹਿਲਾਂ ਹੀ ਗੈਲਰੀ ਦੇ ਵਿੱਚ ਉਸ ਦੀਆਂ, ਉਹਨਾਂ ਸ਼ਹੀਦਾਂ ਦੀਆਂ ਉਹ ਸਾਰੀਆਂ ਤਸਵੀਰਾਂ ਔਰ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਹੁਕਮ ਮੰਨ ਕੇ ਜਿਹੜੇ ਜੂਝੇ ਸੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹਨ, ਪਰ ਫਿਰ ਵੀ ਅਸੀਂ ਇਹ ਜੋ ਫੈਸਲਾ ਕੀਤਾ ਗਿਆ, ਜੋ ਗੱਲਬਾਤ ਚੱਲ ਰਹੀ ਹੈ, ਇਸ ਦੇ ਬਾਰੇ ਆਪ ਦੇ ਵਿਚਾਰ ਜ਼ਰੂਰੀ ਹਨ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ ਸੰਧੂ ਜੀ। ਹਾਂਜੀ, ਇਸ ਤਰ੍ਹਾਂ ਜੀ, ਮੈਂ, ਮੇਰੀ ਬੇਨਤੀ ਆ ਜੀ, ਜਿਹੜੀ ਹੈਗੇ ਨਾ, ਜਿਹੜੇ ਆਮ ਲੋਕ ਉੱਥੇ ਇਨੋਸੈਂਟ ਲੋਕ ਜਿਹੜੇ ਦਰਬਾਰ ਸਾਹਿਬ ਗਏ ਸੀਗੇ ਜੀ, ਉਹਨਾਂ ਦੀ ਯਾਦ ਜ਼ਰੂਰ ਬਣਨੀ ਚਾਹੀਦੀ ਆ ਜੀ, ਤੇ ਬਣਨੀ ਮੰਜੀ ਸਾਹਿਬ ਵਾਲੇ ਪਾਸੇ ਚਾਹੀਦੀ ਆ ਜੀ। ਦੇਖੋ ਮੇਰਾ ਫੋਨ, ਮੈਂ ਇੱਕ ਮਿੰਟ ਖੁਸ਼ ਕਰਾਂ। ਨਹੀਂ ਨਹੀਂ, ਬਿਲਕੁਲ ਬਿਲਕੁਲ, ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ, ਆਮ ਰਾਜਨੀਤਿਕ ਬੰਦਿਆਂ ਦੀ ਗੱਲ ਹੋਰ ਹੈ, ਜਿਹੜੇ ਆਮ ਸਿੱਖ ਦੀ ਆਵਾਜ਼ ਜਿਹੜੀ ਹੈ ਨਾ ਉਹ ਖੁਦਾਈ ਖਲਕ ਆਵਾਜ਼ ਹੁੰਦੀ ਹੈ। ਹੁਕਮ ਕਰੋ ਤੁਸੀਂ। ਅੱਛਾ, ਇਸ ਤਰ੍ਹਾਂ ਸੀਗਾ, ਦੇਖੋ ਹੁਣ ਲਦੇਨ ਸੀਗਾ, ਉਹ ਕੋਈ ਮੱਥੇ 'ਚ ਜਾ ਕੇ ਤਾਂ ਨਹੀਂ ਲੜਿਆ ਜੀ, ਗੁਰੂ ਹਰਗੋਬਿੰਦ ਸਾਹਿਬ ਸੀਗੇ, ਉਹ ਵੀ ਬਾਹਰ ਜਾ ਕੇ ਲੜਦੇ ਸੀ, ਮੇਰੀ ਅਕਾਲ ਤਖ਼ਤ ਸਾਹਿਬ ਦੀ ਇਨਸਲਟ ਨਾ ਆ ਜਾਏ, ਕੋਈ ਇਹਦੇ 'ਤੇ ਹਮਲਾ ਨਾ ਕਰਦੇ ਜੀ, ਪਰ ਇਹ ਜਿਹੜੇ ਭਿੰਡਰਾਂ ਵਾਲੇ ਦੇ ਲੋਕ ਨੇ, ਇਹਨਾਂ ਨੇ ਜਾਣ ਬੁੱਝ ਕੇ ਅਕਾਲ ਤਖ਼ਤ ਜਾ ਕੇ ਮੋਰਚੇ ਬਣਾ ਕੇ ਅਤੇ ਗੌਰਮੈਂਟ ਨੂੰ ਕਿਹਾ ਕਿ ਤੂੰ ਆਣ ਕੇ ਇਹਦੇ 'ਤੇ ਅਟੈਕ ਕਰ। ਮੈਂ ਵੀਰ ਜੀ ਇਹਦੇ 'ਤੇ ਸਿਰਫ ਇੱਕ ਬੇਨਤੀ ਤੁਹਾਨੂੰ ਇੰਨੀ ਕਰਨੀ ਚਾਹਵਾਂਗਾ, ਜ਼ਿਆਦਾ ਨਹੀਂ, ਆਪਾਂ ਫਿਰ ਇਸ ਦੇ 'ਤੇ ਵੱਖਰਾ ਵਿਸ਼ੇ ਦੇ ਉੱਤੇ ਗੱਲ ਕਰਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਇਸ ਹਮਲੇ ਤੋਂ ਪਹਿਲੇ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਭਾਰਤ ਦੀ ਫੌਜਾਂ ਨੇ ਹਮਲਾ ਕਰ ਦਿੱਤਾ, ਹਰ ਸਿੱਖ ਨੂੰ ਹੁਕਮ ਹੈ ਬਾਬਾ ਦੀਪ ਸਿੰਘ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਇਸ ਦੀ ਹਰਿਮੰਦਰ ਸਾਹਿਬ ਦੀ ਰਾਖੀ ਕਰੇ, ਜਿਹੜੇ ਵੀ ਜੂਝੇ ਹਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਜੂਝੇ ਹਨ, ਉਹ ਵੱਖਰੀ ਗੱਲ ਹੈ, ਉਹਦੇ 'ਤੇ ਤੁਹਾਡੀ ਜਿਹੜੀ ਹੈ ਗੱਲ ਅੱਜ ਸਿਰਫ ਇੰਨੀ ਹੈ ਕਿ ਉਸ ਦੀ ਯਾਦਗਾਰ ਜਿਹੜੇ ਆਮ ਸਿੱਖ, ਜਿਹੜੇ ਉਹਨਾਂ ਦੀ ਯਾਦ ਬਣਨੀ ਚਾਹੀਦੀ ਕਿ ਨਹੀਂ ਔਰ ਕਿੱਦਾਂ ਦੀ ਬਣਨੀ ਚਾਹੀਦੀ? ਨਹੀਂ ਜੀ, ਜਿਨ੍ਹਾਂ ਨੇ ਅਕਾਲ ਤਖ਼ਤ ਦੀ ਬੇਇੱਜ਼ਤੀ ਕਰਾਈ ਹੈ ਉਹਨਾਂ ਦੀ ਇਹ ਤੁਹਾਡੇ ਆਪਣੇ ਵਿਚਾਰ ਹੋ ਸਕਦੇ ਹੈ, ਪਰ ਮੈਂ ਫਿਰ ਉਹੀ ਬੇਨਤੀ ਕਰ ਰਿਹਾ ਕਿ ਇਸ ਦੇ ਉੱਤੇ ਅੱਜ ਅਸੀਂ ਨਹੀਂ ਗੱਲ ਕਰ ਰਹੇ, ਕਿਉਂਕਿ ਜੋ ਵੀ ਜੂਝੇ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਜੂਝੇ ਹੈ ਔਰ ਉਹਨਾਂ ਦੀ ਯਾਦ ਪਹਿਲਾਂ ਵੀ ਗੈਲਰੀ ਦੇ ਵਿੱਚ ਹੈਗੀਆਂ, ਹੋਰ ਕਿੱਦਾਂ ਹੋਣਾ ਚਾਹੀਦਾ ਇਹਦੇ ਬਾਰੇ ਸੀ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਕੁਲਵੰਤ ਸਿੰਘ ਬੋਲ ਰਹੇ ਜੀ। ਕਿੱਥੋਂ ਜੀ? ਲੌਂਗ ਆਈਲੈਂਡ ਤੋਂ। ਹਾਂਜੀ, ਹੁਕਮ ਕਰੋ ਜੀ।
ਹਾਂਜੀ ਮੈਂ ਕੁਲਵੰਤ ਸਿੰਘ ਮੈਂ ਉਹ ਲੋਅਰ ਕਰ ਦਿੱਤੀ ਆਵਾਜ਼ ਹੁਣ ਵੀਰ ਜੀ ਲਾਂਬਾ ਸਾਹਿਬ ਮੈਂ ਥੋੜ੍ਹੀ ਜਿਹੀ ਗੁਜ਼ਾਰਿਸ਼ ਬੜੀ ਸੰਖੇਪ ਦੇ ਵਿੱਚ ਹੀ ਕਰਾਂਗਾ ਜੀ ਅਤੇ ਇਹ ਕਿਤੇ ਬਹੁਤ ਬਹੁਤ ਜਿਹੜੀ ਇਹ ਸਾਡੀ ਬਹੁਤ ਮੰਦਭਾਗਣ ਦੀ ਗੱਲ ਹੈ ਕਿ ਨਵੀਨੀਕਰਨ ਦੇ ਤਹਿਤ ਸਾਡਾ ਸਾਡੀਆਂ ਸਾਰੀਆਂ ਯਾਦਗਾਰਾਂ ਜਿਹੜੀਆਂ ਨੇ ਅਸੀਂ ਬਹੁਤ ਖੋ ਚੁੱਕੇ ਹਾਂ ਬਹੁਤ ਸੰਖੇਪ ਵਿੱਚ ਦੱਸੋ ਹਾਂਜੀ ਹਾਂਜੀ ਅਤੇ ਦੂਸਰਾ ਜਿਹੜਾ ਸਾਡੇ ਤੋਸ਼ਾਖਾਨੇ ਦੇ ਵਿੱਚ ਕਾਫੀ ਕੁਛ ਜਿਹੜਾ ਖੁੱਸ ਚੁੱਕਿਆ ਜੀ ਅਤੇ ਬਾਕੀ ਕਈ ਵਾਰੀ ਜਿਹੜੀ ਆ ਸਾਡੇ ਸਾਡੀਆਂ ਜਿਹੜੀਆਂ ਜਦੋਂ ਅਸੀਂ ਕੋਈ ਚੀਜ਼ ਬਣਾਉਣਾ ਚਾਹੁੰਦੇ ਹਾਂ ਸਿੱਖਾਂ ਦੇ ਵਿੱਚ ਉਹ ਗੈਰ ਕਈ ਸਿੱਖ ਹੋ ਉਹਨਾਂ ਦੀ ਸੋਚ ਜ਼ਿਆਦਾ ਕੰਮ ਕਰ ਜਾਂਦੀ ਹੈ ਉਹ ਸਾਨੂੰ ਇਹ ਬਹੁਤ ਜ਼ਿਆਦਾ ਸਮਝ ਲੈਣਾ ਚਾਹੀਦਾ ਠੀਕ ਹੈ ਅਤੇ ਜੇ ਅਗਰ ਅਸੀਂ ਕੋਈ ਵੀ ਬਣਾਉਣਾ ਚਾਹੁੰਦੇ ਹਾਂ ਕੋਈ ਵੀ ਅਸੀਂ ਆਪਣੀ ਯਾਦਗਾਰ ਉੱਥੇ ਬਣਾਉਣੀ ਚਾਹੁੰਦੇ ਨੀਲਾ ਸਾਕਾ ਤਾਰਾ ਦੀ ਅਤੇ ਮੇਰਾ ਖਿਆਲ ਹੈ ਕਿ ਮੈਂ ਇੱਕ ਸੁਝਾਅ ਦੇਣਾ ਚਾਹਾਂਗਾ ਕਿ ਸਾਨੂੰ ਸਰਬੱਤ ਖਾਲਸਾ ਬੁਲਾ ਲੈਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਸਾਡੇ ਇਤਿਹਾਸ ਦੇ ਵਿੱਚ ਹੁੰਦਾ ਹੈ ਠੀਕ ਠੀਕ ਹੈ ਸਰ ਬਹੁਤ ਬਹੁਤ ਤੁਹਾਡਾ ਸੁਨੇਹਾ ਬਹੁਤ ਹੈਗਾ ਅਸੀਂ ਹੋਰ ਕਾਲ ਲੈ ਲਈਏ ਮਿਹਰਬਾਨੀ ਤੁਹਾਡੀ ਸ਼ੁਕਰੀਆ ਹੈਲੋ 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 ਹਾਂਜੀ ਕੌਣ ਬੋਲ ਰਹੇ ਜੀ ਹਾਂਜੀ ਮੈਂ ਇੰਦਰਜੀਤ ਸਿੰਘ ਬੋਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਦਰਜੀਤ ਜੀ ਜੀ ਹੁਕਮ ਕਰੋ ਸਰ ਹਾਂਜੀ ਇਸ ਤਰ੍ਹਾਂ ਹੈਗਾ ਜੀ ਜੋ ਆ ਡਿਸਕਸ਼ਨ ਹੋ ਰਹੀ ਆ ਬੜੀ ਅੱਛੀ ਹੈਗੀ ਆ ਕਿ ਇਹਦੇ ਬਾਰੇ ਕਾਫੀ ਇਹਨਾਂ ਦਿਨਾਂ ਵਿੱਚ ਆ ਕੇ ਹਰ ਸਾਲ ਐਵੇਂ ਹੀ ਹੁੰਦਾ ਜੀ ਜਦੋਂ ਜੂਨ ਦਾ ਮਹੀਨਾ ਆਉਂਦਾ ਉਦੋਂ ਕਈ ਗੱਲਾਂ ਮਤਾਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਫਿਰ ਚੁੱਪ ਚਾਂਦ ਹੋ ਜਾਂਦੀ ਆ ਇਹ ਕੌਮ ਦੀ ਬੜੀ ਬਦਕਿਸਮਤੀ ਹੈਗੀ ਬਦਕਿਸਮਤੀ ਹੈਗੀ ਆ ਉਹ ਜਿਹਨਾਂ ਸ਼ਹੀਦਾਂ ਦੀ ਯਾਦਗਾਰ ਅੱਜ ਤੋਂ 20-25 ਸਾਲ ਪਹਿਲਾਂ ਬਣ ਜਾਣੀ ਚਾਹੀਦੀ ਸੀ ਭਾਵੇਂ ਕਿ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਮਤੇ ਵੀ ਪਾਸ ਕੀਤੇ ਹੈਗੇ ਆ ਜੀ ਜੀ ਉਹ ਸਿਰਫ ਸਾਡੇ ਵਿੱਚ ਦੂਜੀਆਂ ਕੌਮਾਂ ਦਾ ਦਖਲ ਸਮਝ ਲਓ ਜਾਂ ਸਾਡੇ ਕੁਛ ਜਿਹੜੇ ਰਾਜਨੀਤੀ ਤੋਂ ਪ੍ਰੇਰਿਤ ਲੋਕ ਨੇ ਉਹ ਧਰਮ ਦਾ ਪਾਸਾ ਛੱਡ ਕੇ ਇਸ ਕਰਕੇ ਯਾਦਗਾਰ ਨੂੰ ਅਜੇ ਤੱਕ ਕਿਸੇ ਰੂਪ ਵਿੱਚ ਉਹਨਾਂ ਨੇ ਬਣਨ ਨਹੀਂ ਦਿੱਤਾ ਤੇ ਨਾ ਅੱਗੇ ਸ਼ਾਇਦ ਬਣਨ ਦੀ ਸੰਭਾਵਨਾ ਹੈ ਠੀਕ ਹੈ ਉਹ ਅੱਜ ਦੀ ਜੋ ਇੱਕ ਲੇਟੈਸਟ ਨਿਊਜ਼ ਮੈਂ ਦੇਖਦਾ ਹਟਿਆ ਹੁਣ ਤਾਂ ਇਹਨਾਂ ਨੇ ਕਰਤਾ ਵੀ ਜਿਹੜਾ ਇਹ ਸਮਾਗਮ ਵੀ 6 ਜੂਨ ਨੂੰ ਹੋਣਾ ਉਹ ਵੀ ਹੁਣ ਮਹਿਤਾ ਚੌਂਕ ਹੀ ਹੋਏਗਾ ਕੱਲ ਤੱਕ ਚ ਨਹੀਂ ਹੋਏਗਾ ਅੱਛਾ ਪਤਾ ਨਹੀਂ ਮੇਰੀ ਨੌਲੇਜ ਨਹੀਂ ਹੈ ਪਰ ਮੈਂ ਅੱਧਾ ਪੌਣਾ ਘੰਟਾ ਇੰਟਰਨੈਟ ਤੇ ਦੇਖ ਕੇ ਹਟਿਆ ਅੱਛਾ ਤੇ ਮਤਲਬ ਵੀ ਉਹਨਾਂ ਦਾ ਤੇ ਇਹ ਹੋ ਗਿਆ ਵੀ ਇਸ ਚੀਜ਼ ਨੂੰ ਬਿਲਕੁਲ ਇਸ ਨੂੰ ਬਿਲਕੁਲ ਹੀ ਵੱਖਰਾ ਕਰ ਦਿੱਤਾ ਜਾਏ ਹਾਂਜੀ ਤੇ ਇਹਨਾਂ ਦਾ ਜੋ ਸਾਡੇ ਸਿੱਖਾਂ ਨਾਲ ਵਾਪਰ ਰਿਹਾ ਹੁਣ ਦੇਖ ਰਿਹਾ ਰੋਜ਼ ਮੈਂ ਠੀਕ ਹੈ ਬਾਕੀ ਇੱਦਾਂ ਹੈ ਪੱਕੀ ਗੱਲ ਹੈ ਕਿਉਂਕਿ ਅਨਾਊਂਸ ਉਹਨਾਂ ਨੇ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਵੀ ਜਿਸ ਤਰੀਕੇ ਨਾਲ ਵੀ ਹੋਏਗਾ ਪਰ ਗੱਲ ਸਿਰਫ ਇੰਨੀ ਸੀ ਕਿ ਚੂੰਕਿ ਉਹ ਯਾਦਾਂ ਅਸੀਂ ਖੁਦ ਖਤਮ ਕੀਤੀਆਂ ਯਾਦਾਂ ਕਿਸ ਰੂਪ ਵਿੱਚ ਬਹਾਲ ਕੀਤੀਆਂ ਜਾਣੀਆਂ ਚਾਹੀਦੀਆਂ ਉਹ ਯਾਦਗਾਰਾਂ ਕਿਵੇਂ ਅਸੀਂ ਦੁਬਾਰਾ ਐਕਟੀਵੇਟ ਕਰੀਏ ਇਹਦੀ ਗੱਲ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ ਹੈਲੋ ਹਾਂਜੀ ਲਾਂਬਾ ਸਾਹਿਬ ਕੀ ਹਾਲ ਚਾਲ ਜੀ ਠੀਕ ਹੈ ਜੀ ਕੌਣ ਬੋਲ ਰਹੇ ਜੀ ਤ੍ਰਿਲੋਚਨ ਸਿੰਘ ਜੀ ਹਾਂਜੀ ਬਾਲਟਿਮੋਰ ਤੋਂ ਬੋਲ ਰਿਹਾ ਜੀ ਹਾਂਜੀ ਵੀ ਇਹ ਸੀ ਵੀ ਜਾਤ ਤੇ ਜ਼ਰੂਰ ਬਣਨੀ ਚਾਹੀਦੀ ਆ ਠੀਕ ਹੈ 84 ਦਾ ਘੱਲੂਘਾਰਾ ਹੋਇਆ ਜੀ ਜਿੱਦਾਂ ਹੁਣ ਭਾਈ ਸਾਹਿਬ ਕਹਿ ਰਹੇ ਸੀ ਕਿ ਉਹ ਏਦਾਂ ਹੋਇਆ ਪਿੰਡਾਂ ਬਾਰੇ ਕਹਿ ਰਹੇ ਸੀ ਇਹ ਸਭ ਭਾਣੇ ਦੇ ਵਿੱਚ ਹੀ ਸੀ ਇਹ ਲਿਖਿਆ ਸੀ ਜਿੱਦਾਂ ਜਿੱਦਾਂ ਹੋਣਾ ਜੀ 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 ਬਾਕੀ ਜਿਹੜੀਆਂ ਤੁਸੀਂ ਕਹਿੰਦੇ ਆ ਵੀ ਅਕਾਲ ਤਖ਼ਤ ਨੂੰ ਵੱਡਾ ਕੀਤਾ ਗਿਆ ਤੇ ਉਹ ਜਿਹੜੇ ਗੁਰੂ ਮਹਾਰਾਜ ਦੀ ਨਿਸ਼ਾਨੀਆਂ ਸੀ ਉਹਨਾਂ ਨੂੰ ਢਾ ਕੇ ਸਾਰਾ ਕੁਛ ਹੋਈ ਇਹੀ ਇਹੀ ਦੁੱਖ ਹੈ ਕਿ ਅਸੀਂ ਜਿਹੜਾ ਵਿਰਸੇ ਨੂੰ ਸਾਂਭ ਨਹੀਂ ਰਹੇ ਖੁਦ ਬਰਬਾਦ ਕਰ ਰਹੇ ਹਾਂ ਉਹ ਆਨੰਦਪੁਰ ਸਾਹਿਬ ਦੇ ਵਿੱਚ ਅਸੀਂ ਕਹਿ ਰਹੇ ਹਾਂ ਯਾਦਗਾਰ ਬਣਾਵਾਂਗੇ ਔਰ ਜੋ ਹਾਲ ਹੈ ਖੰਡਰ ਅਸੀਂ ਬਣਾ ਛੱਡਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ ਵਾਹਿਗੁਰੂ ਫਤਿਹ ਹੈਲੋ ਹੈਲੋ ਹਾਂਜੀ ਮੈਂ ਜਿਹੜਾ ਗੱਲ ਕਰਨੀ ਚਾਹੁੰਦਾ ਜੀ ਬੋਲੋ ਕੌਣ ਬੋਲ ਰਹੇ ਜੀ ਮੈਂ ਰਾਮੇਸ਼ਵਰ ਸਿੰਘ ਕੈਨੇਡਾ ਤੋਂ ਬੋਲ ਰਿਹਾ ਜੀ ਰਾਮੇਸ਼ਵਰ ਸਿੰਘ ਜੀ ਦੱਸੋ ਹਾਂਜੀ ਹੁਕਮ ਕਰੋ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ ਹਾਂਜੀ ਮੈਂ ਆਵਾਜ਼ ਬੰਦ ਕਰਦਾ ਜੀ ਦੱਸੋ ਇਹੀ ਜਿੱਦਾਂ ਹੁਣੇ ਕਾਲਰ ਨੇ ਦੱਸਿਆ ਹੈਗਾ ਕਿ ਆਪਣੇ ਅਕਾਲ ਤਖ਼ਤ ਸਾਹਿਬ ਤੇ ਪ੍ਰੋਬਲਮ ਆਈ ਜਿਹੜੀ ਜੀ ਮੈਂ ਉਸ ਜ਼ਮਾਨੇ 'ਚ ਪੜ੍ਹਦਾ ਹੁੰਦਾ ਸੀਗਾ ਜੀ ਮੈਂ ਆਪਣੇ ਅੱਖੀਂ ਦੇਖਿਆ ਸਾਰਾ ਕੁਛ ਜੀ ਤੇ ਮੈਂ ਇਹੀ ਸੋਚਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਹੀ ਸੋਚਣਾ ਚਾਹੀਦਾ ਹੈ ਕਿ ਦੁਬਾਰਾ ਇੱਦਾਂ ਦੀ ਕੋਈ ਗੱਲਬਾਤ ਨਾ ਹੋਵੇ ਜੀ ਜੀ ਮੈਂ ਇਹੀ ਸੁਝਾਅ ਦੇਣਾ ਚਾਹੁੰਦਾ ਸੀਗਾ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਥੈਂਕ ਯੂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਪੰਜਾਬ ਸਿੰਘ ਬੋਲਦਾ ਜੀ ਹਾਂਜੀ ਦੱਸੋ ਕਿੱਥੋਂ ਬੋਲ ਰਹੇ ਹੋ ਮੈਂ ਕੈਲੀਫੋਰਨੀਆ ਤੋਂ ਬੋਲਦਾ ਜੀ ਹਾਂਜੀ ਹੁਕਮ ਕਰੋ ਵੀਰ ਜੀ ਜੀ ਯਾਦਗਾਰ ਤਾਂ ਬਣਨੀ ਚਾਹੀਦੀ ਆ ਠੀਕ ਹੈ ਜੀ ਬਿਲਕੁਲ ਠੀਕ ਹੈ ਯਾਦਗਾਰ ਬਣਨੀ ਚਾਹੀਦੀ ਆ ਹਾਂਜੀ ਜਿਹੜੇ ਇਨੋਸੈਂਟ ਬੰਦੇ ਮਰੇ ਆ ਹਾਂਜੀ
ਠੀਕ ਹੈ, ਇਹ ਪਿੰਡਰਾਂ ਵਾਲਾ ਜਾ ਕੇ ਅਕਾਲ ਤਖ਼ਤ ਤੇ ਰਿਹਾ, ਉਹਦੇ ਕੋਈ ਗੁਰੂ ਵੀ ਨਹੀਂ ਰਿਹਾ ਸੀ ਜਾ ਕੇ, ਉਹਨੇ ਅਕਾਲ ਤਖ਼ਤ ਨੂੰ ਘਰ ਕਿਉਂ ਬਣਾਇਆ? ਚਲੋ ਇਹਦੇ ਤੇ ਅੱਗੇ ਵੀ ਤੁਹਾਡੇ ਨਾਲ ਗੱਲ ਕਰ ਚੁੱਕੇ ਹਾਂ, ਜਿਹੜੇ ਤੁਹਾਡੇ ਵਰਗੇ ਲੰਬੇ ਚਾਪੇ ਇਹਨਾਂ ਦੀ ਯਾਦਗਾਰ ਨਹੀਂ ਬਣਨੀ ਚਾਹੀਦੀ, ਤੁਸੀਂ ਪੰਗੇ ਆ ਸਭ ਤੋਂ ਜ਼ਿਆਦਾ ਵੱਡੇ। ਅੱਛਾ, ਮੇਰੀ ਯਾਦਗਾਰ ਬਣਨੀ ਚਾਹੀਦੀ ਹੈ? ਨਹੀਂ, ਯੂ ਆਰ ਦ ਪ੍ਰੋਬਲਮ ਕ੍ਰੀਏਟਰ। ਚਲੋ ਇਹ ਤੁਹਾਡੇ ਵਿਚਾਰ। ਦੂਜੀ ਗੱਲ ਇਹ ਆ, ਜਿੰਨੀਆਂ ਜਿਹੜੀਆਂ ਯਾਦਗਾਰਾਂ ਤਾਂ ਅਸੀਂ ਕਾਹ ਤਾਂ ਅਸੀਂ ਬਣਾ ਲਾਂਗੇ, ਜਿਹੜੀਆਂ ਪੁਰਾਣੀਆਂ ਯਾਦਗਾਰਾਂ ਬਣੀਆਂ, ਹੈਲੋ, ਜਿਹੜੀਆਂ ਪੁਰਾਣੀਆਂ ਯਾਦਗਾਰਾਂ ਬਣੀਆਂ ਆ, ਜਿਹੜੇ ਸੋ ਕਾਲਡ ਫਾਤੇ ਆ ਕਾਰ ਸੇਵਾ ਦੇ ਨਾਂ ਦੇ ਉੱਤੇ, ਸਾਡਾ ਇਤਿਹਾਸ ਸਵਾਹ ਕਰ ਕਰਕੇ ਉੱਥੇ ਸੰਗਮਰਮਰ ਟੁੱਟੀ ਜਾਂਦੇ, ਪਹਿਲਾਂ ਇਹਨਾਂ ਨੂੰ ਤਾਂ ਬੰਦ ਕਰ ਲਓ ਤੁਸੀਂ। ਠੀਕ ਹੈ, ਤੁਸੀਂ ਕਰੋ ਹਮਲਾ ਮਾਰ, ਮਾਤਾ ਗੁਜਰੀ ਦਾ ਤੁਸੀਂ ਠੰਡਾ ਬੁਰਜ ਢਾ ਦਿੱਤਾ ਜਿੱਥੇ ਸਾਹਿਬਜ਼ਾਦੇ ਚਣੇ ਨੀਹਾਂ ਦੇ ਵਿੱਚ, ਉਹ ਤੁਸੀਂ ਤਬਾਹ ਕਰ ਦਿੱਤਾ, ਤੇ ਹੁਣ ਤੁਸੀਂ ਦੱਸਦੇ ਆ ਵੀ ਆ ਜਿਹੜੇ ਸੋ ਕਾਲਡ ਵਾਲੇ ਬਾਬੇ ਜਿਹੜੇ ਬਣੇ ਫਿਰਦੇ ਆ, ਕੋਈ ਉਹਨਾਂ ਦੀ ਤੁਸੀਂ ਯਾਦਗਾਰਾਂ ਬਣਾਉਣ ਲੱਗੇ ਆ? ਆਮ ਯੂਜ਼ਿੰਗ ਦੈਟ ਲੈਂਗੁਏਜ, ਤੁਸੀਂ ਮੈਨੂੰ ਕਿੱਦਾਂ ਕਹਿ ਸਕਦੇ ਹੋ ਕਿ ਮੈਂ ਯਾਦਗਾਰਾਂ ਬਣਾ ਰਿਹਾ ਜਾਂ ਮੈਂ ਯਾਦਗਾਰਾਂ ਟਾ ਰਿਹਾ? ਐਨੀਵੇ, ਤੁਹਾਡੇ ਵਿਚਾਰ ਮੁਬਾਰਕ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਹਰਿੰਦਰ ਸਿੰਘ ਬੋਲਣ ਦਾ। ਹਾਂਜੀ ਹਾਂਜੀ, ਹੁਕਮ ਕਰੋ ਜੀ। ਵਾਹਿਗੁਰੂ ਜੀ ਫਤਿਹ। ਹਾਂਜੀ, ਯਾਦਗਾਰ ਤੇ ਬਣਨੀ ਚਾਹੀਦੀ ਆ ਜੀ, ਜਿੱਦਾਂ ਵੀ ਇਹ ਕਹਿ ਰਹੇ ਆ ਕਿ ਹਾਂ ਨਹੀਂ ਬਣਨੀ ਚਾਹੀਦੀ ਜੀ, ਜੇ ਉਹ ਧਰਮ ਲਈ ਲੜੇ ਆ, ਨਾ ਕਿ ਉਹ ਆਪਣੇ ਲਈ ਜਾਂ ਆਪਣੇ ਲਈ ਲੜੇ ਆ ਜੀ, ਤੇ ਲੋਕ ਕਹਿ ਰਹੇ ਆ ਨਾ ਕਿ ਉਹਨਾਂ ਦੀ ਯਾਦਗਾਰ ਨਹੀਂ ਬਣਨੀ ਚਾਹੀਦੀ, ਇਹਨਾਂ ਨੇ ਕੀ ਕੀਤਾ ਧਰਮ ਲਈ? ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਮਾਂ ਇਜਾਜ਼ਤ ਨਹੀਂ ਦਿੰਦਾ, ਤੇ ਅਸੀਂ ਇੱਕ ਅਖੀਰਲੀ ਕਾਲ ਹੋਰ ਲੈ ਕੇ ਤੇ ਸਮਾਪਤ ਕਰਾਂਗੇ। ਹੈਲੋ, ਤੁਹਾਡੀ ਅਖੀਰਲੀ ਕਾਲ ਹੈ, ਤੁਸੀਂ ਸੰਖੇਪ ਵਿੱਚ ਆਪਣਾ ਸੁਨੇਹਾ ਦਿਓ। ਹਾਂਜੀ ਅੰਕਲ ਜੀ, ਵਾਹਿਗੁਰੂ ਖਾਲਸਾ ਜੀ ਫਤਿਹ, ਜਿੰਦਰ ਸਿੰਘ ਬੋਲਦਾ ਜੀ। ਹਾਂਜੀ, ਆ ਭਾਈ ਸਾਹਿਬ ਜਿਹੜੇ ਇੰਨਾ ਕੁਝ ਕਹਿ ਰਹੇ ਨੇ, ਘੜੀ ਮੁੜੀ ਕਹਿ ਰਹੇ ਨੇ ਸੰਤ ਜਰਨੈਲ ਸਿੰਘ, ਕੋਈ ਗੱਲ ਨਹੀਂ ਜੀ, ਜੀ ਇਹਨਾਂ ਲੋਕਾਂ ਨੂੰ ਇਹ ਚਾਹੀਦਾ ਕਿ ਅੱਜ ਵੀ ਉਹੀ ਪ੍ਰੋਬਲਮ ਸਾਡੇ ਨਾਲ ਆ ਰਹੀਆਂ ਵਾ, ਕਿਉਂ ਨਹੀਂ ਇਹ ਆਪਣੇ ਘਰਾਂ 'ਚ ਕਿਉਂ ਨਹੀਂ ਰੱਖ ਲੈਂਦੇ, ਇੰਨੀਆਂ ਪ੍ਰੋਬਲਮਾਂ ਸਾਨੂੰ ਆ ਰਹੀਆਂ ਵਾ ਜੀ। ਠੀਕ ਹੈ, ਚਲੋ ਬਹੁਤ ਬਹੁਤ ਧੰਨਵਾਦ ਤੇਜਿੰਦਰ ਸਿੰਘ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਖੀਰ ਦੇ ਵਿੱਚ ਕੇਵਲ ਇਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਸਾਰਾ ਦੁਖਾਂਤ ਵਾਪਰਿਆ ਔਰ ਜੋ ਕੁਛ ਹੋਇਆ, ਉਹ ਭਾਰਤ ਸਰਕਾਰ ਨੇ, ਅਗਰ ਕੇਵਲ ਜਿਹੜੇ ਇੱਕੋ ਗੱਲ ਕਹਿਣੀ ਬਣਦੀ ਹੈ, ਜੇਕਰ ਕੇਵਲ ਹਰਿਮੰਦਰ ਸਾਹਿਬ ਦੀ ਗੱਲ ਹੁੰਦੀ, ਭਾਰਤ ਸਰਕਾਰ ਦੇ ਛਾਪੇ ਹੋਏ ਵਾਈਟ ਪੇਪਰ ਦੇ ਮੁਤਾਬਕ ਵੀ 42 ਗੁਰਦੁਆਰਿਆਂ ਦੇ ਉੱਤੇ ਇੱਕ ਨਾਲ ਹਮਲਾ ਕੀਤਾ, ਕੀ ਪਿੰਡਰਾਂ ਵਾਲਾ ਉਹ ਸਾਰੀ ਥਾਂ ਮੌਜੂਦ ਸੀ? ਸਾਰੇ ਗੁਰਦੁਆਰਿਆਂ ਦੇ ਵਿੱਚ ਇੱਕੋ ਦਿਨ ਹਮਲਾ ਕੀਤਾ, ਔਰ ਹਮਲਾ ਕਰਨ ਦਾ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਚੁਣਿਆ, ਪਹਿਲੇ ਪਾਰਲੀਮੈਂਟ 'ਚ ਅਨਾਊਂਸ ਕੀਤਾ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ, ਸੰਗਤ ਨੂੰ ਡੱਕ ਕੇ ਕਰਫਿਊ ਲਗਾ ਕੇ ਤਾਂ ਕਿ ਕੋਈ ਬਾਹਰ ਨਾ ਨਿਕਲ ਸਕੇ। ਉਹ ਇੱਕ ਵੱਖਰਾ ਵਿਸ਼ਾ, ਜਿਹੜੇ ਉੱਥੇ ਦੀ ਰਾਖੀ ਲਈ ਸ਼ਹੀਦ ਹੋਏ ਹੈ ਉਹ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੁਕਮ ਮੰਨ ਕੇ, ਪਰ ਗੱਲ ਸਿਰਫ ਇੰਨੀ ਹੈ, ਉਹਨਾਂ ਦੀ ਯਾਦਗਾਰ ਅਸੀਂ ਪਹਿਲਾਂ ਖੁਦ ਢਾਈ ਹੈ, ਅਸੀਂ ਹਰਿਮੰਦਰ ਸਾਹਿਬ ਉਹ ਸਾਰੀਆਂ ਯਾਦਾਂ ਬਰਬਾਦ ਕਰਕੇ ਫਿਰ ਅਸੀਂ ਬਣ ਰਹੇ ਹਾਂ। ਔਰ ਅਫਸੋਸ ਦੀ ਗੱਲ ਹੈ, ਕੁਛ ਉਹ ਲੋਕ ਹਨ ਜਿਹੜੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਉਹਦੇ ਹੁਕਮਨਾਮੇ, ਉਸਦੀ ਸੰਸਥਾ ਨੂੰ ਨਹੀਂ ਮੰਨਦੇ, ਉਹ ਵੀ ਅੱਜ ਅੱਗੇ ਹਨ ਕਿ ਅਸੀਂ ਉਹਦੀ ਯਾਦਗਾਰ ਧੱਕੇ ਨਾ ਬਣਾਉਣੀ ਹੈ। ਗੱਲ ਮਸਲਾ ਗੰਭੀਰ ਹੈ, ਤੁਸੀਂ info@jaspunjabi.com, lamba@jaspunjabi.com ਦੇ ਉੱਤੇ ਜ਼ਰੂਰ ਸਾਨੂੰ ਮੇਲ ਕਰੋ, ਔਰ ਅਗਲੇ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।